ਜਿਹੜਾ ਕੋਈ ਸੰਗਤ ਲੈ ਕੇ ਵੀ ਆਇਆ ਸੋ ਭਾਈ ਸਾਹਿਬ ਭਾਈ ਗੁਰਮਿੰਦਰ ਸਿੰਘ ਜੀ ਜਿਨ੍ਹਾਂ ਨੇ ਲੰਮਾ ਸਮਾਂ ਮਹਾਂਪੁਰਖ ਬਾਬਾ ਠਾਕਰ ਸਿੰਘ ਸਾਹਿਬ ਜੀ ਨਾਲ ਰਹਿ ਕਰਕੇ ਜਥੇ ਸੰਗਤ ਵਿੱਚ ਵਿਚਰ ਕੇ ਕੀਰਤਨ ਰਾਹੀਂ ਸੇਵਾ ਨਿਭਾਉਂਦੇ ਰਹੇ ਨੇ ਅੱਜ ਕੱਲ੍ਹ ਜਲੰਧਰ ਵਿਖੇ ਡਿਊਟੀ ਨਿਭਾਉਂਦੇ ਨੇ ਸੋ ਸੰਗਤ ਜੀ ਇਹ ਸਾਰਾ ਪਿਆਰ ਸਤਿਕਾਰ ਜੋ ਹੈ ਸੋ ਦਮਦਮੀ ਟਕਸਾਲ ਜੋ ਸ਼ਹੀਦਾਂ ਦੀ ਜਥੇਬੰਦੀ ਹੈ ਜੋ ਸਤਿਗੁਰ ਕਲਗੀਧਰ ਸੱਚੇ ਪਾਤਸ਼ਾਹ ਵੱਲੋਂ ਵਰਸਾਈ ਹੈ ਮਹਾਂਪੁਰਖ ਸੰਤ ਬਾਬਾ ਜਰਨੈਲ ਸਿੰਘ ਜੀ ਮੰਜੀ ਸਾਹਿਬ ਸਟੇਜ ਤੋਂ ਦੀਵਾਨ ਹਾਲ ਤੋਂ ਅਕਸਰ ਇੱਕ ਗੱਲ ਕਿਹਾ ਕਰਦੇ ਸੀ ਕਿ ਇਹ ਸਤਿਗੁਰ ਕਲਗੀਧਰ ਦੀ ਚਲਾਈ ਹੋਈ ਟਕਸਾਲ ਹੈ ਖਾਲਸਾ ਜੀ ਕਿਸੇ ਭੁਲੇਖੇ ਵਿੱਚ ਨਹੀਂ ਪੈਣਾ ਜਿਵੇਂ ਗਿਆਨੀ ਜੀ ਹੁਣੇ ਦੱਸ ਕੇ ਗਏ ਨੇ ਔਰ ਸ਼ਰਿਆਮ ਮਹਾਂਪੁਰਖ ਇਹ ਗੱਲ ਕਹਿੰਦੇ ਰਹੇ ਨੇ ਕਿ ਅਸੀਂ ਤੇਰੇ ਸਿੱਖ ਨਹੀਂ ਬੀਬੀ ਇੰਦਰਾ ਨਾਂ ਤੇਰੇ ਪਿਓ ਦੇ ਹਾਂ ਅਸੀਂ ਸਤਿਗੁਰ ਕਲਗੀਧਰ ਦੇ ਸਿੱਖ ਹਾਂ ਸੋ ਇਸ ਜਥੇਬੰਦੀ ਨੇ ਇਸ ਟਕਸਾਲ ਨੇ ਜੇ ਖਾਲਸਾ ਜੀ ਕੋਈ ਗੁਰੂ ਦੋਖੀ ਚੜ੍ਹ ਕੇ ਆਇਆ ਹਰਿਮੰਦਰ ਸਾਹਿਬ ਪ੍ਰਤੀ ਜਾਂ ਕੌਮ ਪ੍ਰਤੀ ਕੋਈ ਮਾੜੀ ਕੈਰੀ ਅੱਖ ਨਾਲ ਵਹਿੰਦਾ ਹੈ ਅਤੇ ਇਹ ਸਤਿਗੁਰ ਕਲਗੀਧਰ ਦੀ ਚਲਾਈ ਟਕਸਾਲ ਨੇ ਟੀ ਸੀ ਵਾਲਾ ਬੇਰੀ ਤੋੜਿਆ ਇਸ ਟਕਸਾਲ ਨੇ ਸਿਪਾਹੀ ਤੋਂ ਲੈ ਕੇ ਪ੍ਰਧਾਨ ਮੰਤਰੀ ਤੱਕ ਗੱਡੀ ਚੜਾਏ ਨੇ ਸੰਗਤ ਜੀ ਲੇਕਿਨ ਉਸ ਨੂੰ ਚੜਾਇਆ ਜਿਹੜਾ ਅਕੈਰੀ ਅੱਖ ਨਾਲ ਵੇਖਦਾ ਪੰਥ ਨੂੰ ਖਤਮ ਕਰਨਾ ਚਾਹੁੰਦਾ ਇਸ ਟਕਸਾਲ ਨੂੰ ਖਤਮ ਕਰਨਾ ਚਾਹੁੰਦਾ ਉਹਨੂੰ ਸੋਧਾ ਲਾਉਣ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਹ ਬੱਬਰ ਸ਼ੇਰਾਂ ਦਾ ਗੜ੍ਹ ਟਕਸਾਲ ਤਿਆਰ ਕੀਤੀ ਹੈ ਸੋ ਇਹ ਸੱਚੇ ਪਾਤਸ਼ਾਹ ਮਾਰੇ ਕਿਰਪਾ ਕਰਨ ਭਾਈ ਸਾਹਿਬ ਭਾਈ ਗੁਰਮਿੰਦਰ ਸਿੰਘ ਜੀ ਨੂੰ ਚਰਨਾਂ ਵਿੱਚ ਬੇਨਤੀ ਹੈ ਕਿ ਤਕਰੀਬਨ ਅੱਧੇ ਘੰਟੇ ਵਾਸਤੇ ਉਹ ਆਪਾਂ ਨੂੰ ਗੁਰੂ ਕੀ ਇਲਾਹੀ ਬਾਣੀ ਦਾ ਕੀਰਤਨ ਸਰਵਣ ਕਰਾ ਕੇ ਨਿਹਾਲ ਕਰਨਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।